ਜਿੱਥੇ ਇੱਕ ਪਾਸੇ ਪੰਜਾਬ ਦੇ ਵਿਧਾਨ ਸਭਾ ਵਿੱਚ ਬਜਟ ਦਾ ਸੈਸ਼ਨ ਹੋਣ ਕਾਰਨ ਰਾਜਨੀਤਿਕ ਪਾੜਾ ਚੜ੍ਹਿਆ ਹੋਇਆ ਹੈ, ਉੱਥੇ ਹੀ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੀ ਪੋਤੀ ਸ਼ਹਿੰਦਰ ਕੌਰ ਦੇ ਵਿਆਹ ਹੋਣ ਦੇ ਚਲਦਿਆਂ ਪੰਜਾਬ ਦੇ ਸ਼ਾਹੀ ਸ਼ਹਿਰ ਵਿੱਚ ਜਸ਼ਨ ਦਾ ਵੀ ਮਾਹੌਲ ਬਣਿਆ ਹੋਇਆ ਹੈ। ਚਾਹੇ ਆਮ ਜਨਤਾ ਇਸ ਜਸ਼ਨ ਵਿੱਚ ਖੁੱਲ੍ਹ ਕੇ ਭਾਗ ਨਹੀਂ ਲੈ ਸਕਦੀ ਹੈ, ਪਰ ਫਿਰ ਵੀ ਇਹਨਾਂ ਜਸ਼ਨ ਦੇ ਵੇਲੇ ਦੀਆਂ ਕੁਝ ਵੀਡੀਓ ਸੋਸ਼ਲ ਮੀਡੀਆ ਵਿੱਚ ਵਾਇਰਲ ਹੋ ਰਹੀਆਂ ਨੇ, ਜਿਸ ਦਾ ਮਜ਼ਾ ਆਮ ਲੋਕ ਖੁੱਲ੍ਹ ਕੇ ਲੈ ਰਹੇ ਨੇ। ਹੁਣੇ ਜਿਹੇ ਤੁਹਾਨੂੰ ਅਸੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੋਤੀ ਦੇ ਵਿਆਹ ਵੇਲੇ ਭਾਵੁਕ ਹੋ ਕੇ ਗਾਣਾ ਗਾਉਂਦਿਆਂ ਦੀ ਵੀਡੀਓ ਦਿਖਾਈ ਸੀ। ਉੱਥੇ ਹੀ ਹੁਣ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਦੇ ਬੇਟੇ ਰਣਿੰਦਰ ਸਿੰਘ ਦੇ ਡਾਂਸ ਕਰਦਿਆਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਕੈਪਟਨ ਦੇ ਬੇਟੇ ਰਣਿੰਦਰ ਸਿੰਘ ਵਿਆਹ ਵਾਲੇ ਮੰਡਪ ਵਿੱਚ ਖੁਸ਼ੀ ਨਾਲ ਨੱਚਦੇ ਹੋਏ ਦਿਖਾਈ ਦੇ ਰਹੇ ਹਨ। ਆਓ ਤੁਸੀਂ ਵੀ ਦੇਖੋ ਇਸ ਪੂਰੀ ਵੀਡੀਓ ਨੂੰ ਅਤੇ ਕਮੈਂਟ ਵਿੱਚ ਜ਼ਰੂਰ ਦੇਣਾ ਆਪਣੇ ਵਿਚਾਰ। ਕਹਾਣੀ ਬੇਜਾਤ ਸੁਣ ਜਾ ਜ਼ੁਬਾਨੀ ਬਦਲ।